ਮਾਈ ਪਰਲੇ ਪਾਸੇ ਜਾ ਕੇ ਜੁੱਤੀਆਂ ਮਾਰਨ ਲੱਗ ਪਈ। ਕਹਿੰਦੀ ਮਸਾਂ ਤੇ ਮੈਂ ਉਧਰ ਗਈ ਸਾਂ। ਆ ਗਿਆ ਆਪਣੀ ਗੱਲ ਕਰ ਸਾਲਿਆ, ਮਾਈ ਵਾਲਾ ਵੀ ਜਾਣ ਲੱਗ ਪਿਆ। ਇੱਧਰ ਮੇਰੇ ਨਾਲ ਵੀ ਗੱਲ ਕਰ, ਡਾਲਾ ਤੇ ਇੰਜ ਮੰਗਾਉਣਾ ਜਿਵੇਂ ਭੈਣ ਦਾ ਹੱਥ ਟੈਮ ਹੋਇਆ। ਐਸਾ ਚਵਲ ਆਪਣੀ ਬੀਵੀ ਨੂੰ ਲੈ ਕੇ ਲਾਰੀ ਅੱਡੇ ਫਿਰ ਰਿਹਾ। ਉਹ ਬੈਗ ਨਾਲੇ ਨੇ ਆਵਾਜ਼ ਲਾਈ, ਕਹਿੰਦਾ ਦੋ ਨੰਬਰ ਜੇ। ਇਹ ਆਪਣੀ ਬੀਵੀ ਨੂੰ ਕਹਿੰਦਾ, ਇਹਨਾਂ ਗੱਲਾਂ ਤੋਂ ਮੈਂ ਤੇਰੇ ਨਾਲ ਘਰੋਂ ਨਹੀਂ ਨਿਕਲਦਾ। ਹੁਣ ਵੀ ਕਹਿ ਆ ਗਿਆ, ਹੁਣ ਵੀ ਦਸ ਮਾਮਾ ਆ ਗਿਆ, ਅਸ਼ਰਫ ਪੀਪੇ ਵਾਲਾ ਆ ਗਿਆ, ਬਲਕਿ ਦੋ ਨੰਬਰ ਵਾਲਾ ਆ ਗਿਆ, ਧੀਆਂ ਭੈਣਾਂ ਵਾਲਾ ਆ ਗਿਆ। ਇਹਨੂੰ ਇੱਕ ਬੰਦਾ ਕਹਿੰਦਾ, ਉਹ ਏਡਾ ਵੱਡਾ ਜਹਾਜ਼ ਹੁੰਦਾ, ਇਹਨੂੰ ਲੰਘ ਕੇ ਵੀ ਕਰਦੇ ਨੇ। ਇਹ ਉਹਨੂੰ ਕਹਿੰਦਾ, ਜਾ ਪਾਗਲਾ, ਤੈਨੂੰ ਨੀ ਪਤਾ ਇਹ ਉੱਡ ਕੇ ਦੂਰ ਜਾ ਕੇ ਜਦੋਂ ਏਡਾ ਹੁੰਦਾ ਨਾ ਉਦੋਂ ਕਰਦੇ ਨੀ ਐ। ਸਾਲਿਆ ਕਿਹੜੀ ਤੇਰੀ ਬੇਬੇ ਵਾਲੀ ਸੈਸ ਹੈ, ਤੂੰ ਜੋ ਮਰਜ਼ੀ ਕਹਿ, ਮੈਂ ਤੇਰੀ ਬੀਵੀ ਤੇ ਹੀ ਰਹਿਣਾ। ਜ਼ਾਹਿਰ ਹੈ ਤੂੰ ਬਗੈਰ ਤੇ, ਉਹ ਤੋਂ ਬਸ਼ਰਮ ਹੈ ਤੂੰ। ਬਸ਼ਰਮ ਕਾਹਦਾ, ਮੈਂ ਕਣਕ ਨਹੀਂ ਖਾਂਦਾ। ਐਸਾ ਚਵਲ ਅਚਾਨਕ ਆਪਣੇ ਘਰ ਵੜਿਆ, ਆਪਣੀ ਬੀਵੀ ਨੂੰ ਗੁੱਸਾ ਫੜ ਕੇ ਜੁੱਤੀਆਂ ਮਾਰਨ ਲੱਗ ਪਿਆ। ਮੈਂ ਕਿਹਾ, ਇਹਨੂੰ ਕਿਉਂ ਮਾਰਨ ਲਿਆ? ਕਹਿੰਦਾ, ਉਹ ਘਰ ਹੀ ਬੈਠੀ ਰਹਿੰਦੀ, ਕਮੇਟੀਆਂ ਕਿੱਥੋਂ ਦੇਣੀਆਂ। ਬਸ ਠੀਕ ਹੈ, ਮੈਂ ਵੀ ਹੁਣ ਤੇਰੀ ਬੀਵੀ ਤੇ ਹੀ ਗੱਲ ਕਰਾਂਗਾ। ਇਹਦੀ ਬੀਵੀ ਹਕੀਮ ਨੂੰ ਜਾ ਕਹਿੰਦੀ, ਹਕੀਮ ਸਾਹਿਬ ਮੇਰੇ ਘਰ ਔਲਾਦ ਨਹੀਂ ਹੁੰਦੀ। ਹਕੀਮ ਉਹਨੂੰ ਕਹਿੰਦਾ, ਤੇਰੇ ਬੰਦੇ 'ਚ ਨੁਕਸੇ। ਕਹਿੰਦੀ, ਇੰਜ ਫਿਰ ਪੂਰੇ ਮਹੱਲੇ 'ਚ ਨੁਕਸੇ। ਬੈਠਾ 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 ਆਸ ਇਹ ਹਸਪਤਾਲ ਗਿਆ ਖੂਨ ਦੇਣ ਵਾਸਤੇ। ਉਹ ਡਾਕਟਰ ਨੇ ਇਹਦੇ ਚੋਂ ਲਈ ਇਹਨਾਂ ਕੋ ਖੂਨ ਕੱਢਿਆ ਤੇ ਬੇਹੋਸ਼ ਹੋ ਗਿਆ। ਉਹ ਵਿਚਾਰੇ ਨੇ ਕੋਈ 8 ਬੋਤਲਾਂ ਇਹਨੂੰ ਪੱਲਿਓ ਲਾਈਆਂ। 3 ਘੰਟੇ ਬਾਅਦ ਇਹਨੂੰ ਹੋਸ਼ ਆਈ। ਡਾਕਟਰ ਕਹਿੰਦਾ, ਸ਼ੁਕਰ ਅਲਹਮਦੁਲਿਲਾ ਜਨਾਬ, ਤੁਹਾਨੂੰ ਹੋਸ਼ ਆ ਗਈ। ਇਹ ਚਵਲ ਕਹਿੰਦਾ, ਕੋਈ ਐਸੀ ਗੱਲ ਨਹੀਂ ਡਾਕਟਰ ਸਾਹਿਬ, ਭਾਵੇਂ ਤੁਸੀਂ ਹੋਰ ਕੱਢ ਲਓ। ਬਈ ਸਾਲਿਆ, ਪਹਿਲੇ ਪਿਛਲੀਆਂ 8 ਦਾ ਹਿਸਾਬ ਦੇ। ਇਹ ਵੀ ਗਿਆ ਖੂਨ ਦੇਣ। ਅੱਛਾ, ਉਹਨਾਂ ਨੇ ਨਾਲੀ ਵੀ ਨਹੀਂ ਲਾਈ, ਖੂਨ ਬੜਾ ਨਿਕਲਿਆ। ਖੂਨ ਕਿਉਂ ਨਿਕਲਿਆ ਭੈਣ? ਉਹ ਭੈਣ ਮੇਰਾ ਸਿਰ ਪਾੜ ਗਿਆ ਸੀ, ਸਾਰੇ ਜ਼ਮੀਨ 'ਚ ਜੋ ਵੱਜਦਾ ਰਿਹਾ। ਆ ਗਿਆ ਫਟੇ ਸਿਰ ਵਾਲਾ, ਆ ਗਿਆ। ਬਾਹਰ ਨਿਕਲ, ਬਾਹਰ ਨਿਕਲ, ਬਗਾਇਤਾ ਬਾਹਰ ਨਿਕਲ। ਉਹਨੇ ਤੈਨੂੰ ਕੀ ਕਿਹਾ ਮਾਮਾ? ਲੈ ਕਹਿੰਦਾ, ਉਹਨੇ ਕੀ ਕਿਹਾ? ਉਹਦਾ ਵਿਚਾਰਾ ਤਾਂ ਜ਼ਮੀਨ 'ਚ ਸਿਰ ਮਾਰਦਾ ਰਿਹਾ, ਤਾਂ ਗੱਲ ਵੀ ਨਾ ਕਰਿਆ। ਏਸੀ ਵਾਲੀ ਗੱਡੀ ਦੇ ਵਿੱਚ ਬਹਿ ਕੇ ਸੀਟ ਦਾ ਹੈਂਡਲ ਫੜ ਕੇ ਸੀਟ ਪਿੱਛੇ ਕਰੀ ਜਾਵੇ। ਉੱਥੇ ਨਾਲ ਦੇ ਬੰਦੇ ਨੇ ਕਿਹਾ, ਉਹਨੇ ਕਿਹਾ, ਭਾਏ ਨੇ ਸੀਟ ਦਾ ਹੈਂਡਲ ਨਹੀਂ। ਤੁਸੀਂ ਕੌਣ ਹੋ ਭਾਈ? ਬਗੈਰ ਤਾਂ ਹੁਣ ਪਛਾਣਦਾ ਹੀ ਨਹੀਂ, ਹੈਂਡਲ ਵਾਲਾ। ਅੱਛਾ, ਇਹੋ ਜਿਹੇ ਬੰਦੇ ਦੇ ਕੋਲ ਤੇਜ਼ ਬੱਸ ਲੰਘੇ ਨਾ ਤੇ ਖਲੋਤਾ ਕਰ ਲਿਆ, ਇਹ ਅਗਲੇ ਸਟਾਪ ਤੇ ਵੀ ਨਹੀਂ ਰੁਕਣੀ, ਵੇਖ ਲੈਣਾ ਤੁਸੀਂ। ਵੀ ਸਾਲਿਆ, ਤੇਰੀ ਭੈਣ ਦੀ ਜੰਜ ਬੈਠੀ ਵਿੱਚ।
ਔਰ ਮੁੰਡੇ ਨਹਿਰ ਤੇ ਨਹਾਉਂਦੇ ਹੋ ਨਾ, ਇਹੋ ਜਿਹਾ ਮੁੰਡਾ ਨਹਾਉਣ ਜਾਵੇ ਉਹ ਨਹਾਉਂਦੇ ਮੁੰਡੇ ਵੇਖ ਕੇ ਨੂੰ ਕਹਿੰਦੇ ਨੇ ਲੈ ਆ ਗਿਆ ਹੁਣ ਫੇਰ ਨਹਾਉਣਾ ਪੈਣਾ। ਅਸ਼ਰਫ ਪੀਪੇ ਵਾਲਾ ਈਦ ਪੜਨ ਗਿਆ। ਅੱਛਾ ਈਦ ਪੜਨ ਗਿਆ, ਉੱਥੇ ਇੱਕ ਬਾਬੇ ਨੇ ਕਿਹਾ ਅੱਗੇ ਆ ਬਈ, ਕਹਿੰਦਾ ਬਾਬਾ ਜੀ ਈਦ ਵਾਲੇ ਦਿਨ ਤੇ ਛੱਡ ਦਿਓ, ਬਾਹਰ ਰੋਡ ਤੇ ਐਕਸੀਡੈਂਟ ਹੋਇਆ ਇਹਨੂੰ ਕੋਈ ਵੇਖਣ ਨਾ ਦੇਵੇ। ਅੱਛਾ ਪਿੱਛੇ ਖਲੋ ਕੇ ਕਹਿੰਦਾ ਜਿਹੜਾ ਐਕਸੀਡੈਂਟ ਹੋਇਆ ਮੇਰਾ ਅੱਬਾ ਹੈ, ਅੱਗੇ ਗਿਆ ਤੇ ਖੋਤਾ ਬੱਸ ਚ ਬਚਾ ਸੀ। ਅਬੇ ਨਹੀਂ ਪਤਾ ਲੱਗਾ ਮੈਂ ਬੂਟੀ ਪੀਤੀ ਸੱਤਵੀਂ ਮੰਜ਼ਲ ਤੋਂ ਥੱਲੇ ਡਿੱਗਾ, ਪੰਜ ਛੇ ਬੰਦੇ ਆਏ, ਲੱਗਾ ਭਾਜੀ ਖੈਰ ਕੀ ਹੋਇਆ, ਕਹਿੰਦਾ ਪਤਾ ਨੀ ਜੀ ਮੈਂ ਤੇ ਆਪ ਹੁਣੇ ਆਇਆ। ਉਹ ਤੇ ਉਹਨੇ ਤੈਨੂੰ ਆਉਂਦੇ ਆਵੇ ਇਹੀ ਲਿਆ ਜੀ, ਉਹ ਇੰਨੀ ਦੂਰੋਂ ਆ ਕੇ ਬੰਦਾ ਗੱਲ ਕਰ ਸਕਦਾ। ਇਹ ਫਿਲਮ ਵੇਖਣ ਗਿਆ ਸ਼ਾਨ ਦੀ ਗੁੰਡਾ ਟੈਕਸ, ਸ਼ਾਨ ਨੇ ਸਕਰੀਨ ਤੇ ਆ ਕੇ ਗਿਆ ਬਾਹਰ ਨਿਕਲੋ ਬਗੈਰ ਤਾਂ, ਇਹ ਚੁੱਪ ਕਰਕੇ ਬਾਹਰ ਨਿਕਲ ਗਏ। ਮੈਂ ਬਾਹਰ ਆਇਆ ਇਹ ਵੀ ਬਾਹਰ ਖਲੋਤਾ, ਮੈਂ ਕਿਹਾ ਤੂੰ ਕਿ ਬਾਹਰ ਆਇਆ, ਕਹਿੰਦਾ ਓਏ ਉਹਨੇ ਇੱਕ ਦਫਾ ਪਹਿਲੇ ਵੀ ਕਿਹਾ। ਬਹੁਤ ਅੱਛੇ ਭਾਈ, ਮੈਂ ਤੈਨੂੰ ਕੁਛ ਨੀ ਕਹਿਣਾ, ਮੈਂ ਤੇਰੀ ਭੈਣ ਨੂੰ ਚਪੇੜਾਂ ਮਾਰ ਰਹੀਆਂ ਨੇ। ਓਏ ਇਹਦਾ ਮੂੰਹ ਕਾਲਾ ਕੀਤਾ ਕਿਤੋਂ ਫੜੀ ਗਈ? ਉਹ ਨਹੀਂ ਜਨਾਬ, ਵੱਜ ਵੱਜ ਕੇ ਹੋ ਗਈ ਹੈ। ਮੈਂ ਜੁੱਤੀਆਂ ਮਾਰ ਕੇ ਬਾਹਰ ਕੱਢਤਾ, ਇਹ 14 ਅਗਸਤ ਵਾਲੇ ਦਿਨ ਜਹਾਜ਼ ਦਾ ਸਲੰਸਰ ਕੱਢ ਕੇ ਡਾਉਣ ਡਿਆ ਸੀ। ਆ ਗਿਆ ਸਿਰਫ ਉੱਤੇ ਖਲੋਤਾ ਬੇਟਾ, ਮੈਂ ਉੱਤੇ ਖਲੋਤਾ, ਤੇਰੇ ਉੱਤੇ ਖਲੋਤਾ ਮੈਂ। ਚੁੱਕ ਬੜਾ ਪੀਪਾ, ਚੁੱਕ ਬੜਾ ਪੀਪਾ ਸਾਲਿਆ, ਤੂੰ ਕੀ ਪੀਪਾ ਪੀਪਾ ਲਾਈ ਤੇ ਸਾਲਿਆ, ਆਪ ਹੀ ਤੇ ਵਿੱਚ ਲਿਖੇ ਇਹਨੂੰ। ਉਦੋਂ ਤੇ ਮੈਨੂੰ ਬਾਹਰ ਕਹਿੰਦਾ ਸੈ ਵਜਾਏਗਾ ਤੇ ਹਿੱਟ ਹੋਏਗਾ ਤੂੰ, ਆਪ ਸਾਲਿਆ ਟਾਈਆਂ ਟੂਈਆਂ ਲਾ ਕੇ ਕੁੜੀਆਂ ਨੇ ਫਿਰੀ ਜੇ ਨੇ ਸਾਨੂੰ ਪੀਪੇ ਚੁਕਾਏ ਇਹਦੇ ਤੂੰ। ਹਾਲਾਂਕਿ ਜਦੋਂ ਫੈਸਲਾਬਾਦ ਹੁੰਦਾ ਸੀ ਮੱਝ ਗੋਹਾ ਕਰਦੀ ਸੀ, ਘਰੋਂ ਛੁਰੀ ਲੈ ਕੇ ਆਉਂਦਾ ਸੀ ਹੈਪੀ ਬਰਥਡੇ। ਆ ਗਿਆ ਇਹਦੀ ਤੇਜ਼ੀ ਤੇ ਵੇਖ ਯਾਰ, ਸਾਨੂੰ ਕੈਸੇ ਮਸਤ ਜਿਹਾ ਬਣਾ ਕੇ ਆਪ ਸਾਲਾ ਐਡਵੋਕੇਟ ਬਣੇ। ਲਾ ਜੀ ਇਹ ਦਾਦੂ ਨੀ ਨਾਸਰ ਚਨੋਟੀ, ਉਸ ਬਗੈਰ ਤੇ ਨਹੀਂ ਆਦਤ ਪਾਈ। ਅੱਛਾ ਅੱਜ ਤੋਂ ਚੇਂਜ ਤੁਸੀਂ ਇਹ ਨੇ ਐਵੇਂ ਚੇਂਜ, ਵੈਸੇ ਕੀਤੀ ਤੂੰ ਸ਼ੋਖੀ, ਮੈਂ ਤੈਨੂੰ ਦੱਸਾਂ ਮੈਂ ਪਿੱਛੇ ਕੁੜੀ ਕੋਲ ਬੈਠਾ, ਉੱਥੇ ਆ ਕਰ ਕੰਮ ਵੱਲ ਧਿਆਨ ਦਿਓ, ਕੰਮ ਵੱਲ ਧਿਆਨ ਦਿਓ, ਆਪ ਕੁੜੀਆਂ ਕੋਲੋਂ ਉੱਠਦਾ ਨੀ, ਹਲਾ ਦੁਨੀਆਂ ਦਾ ਤੂੰ ਪਹਿਲਾ ਬੰਦਾ ਜਿਹਦੇ ਬੋਲਦਾ ਲਾਸਟਿਕ ਟੁੱਟਾ ਹੈ। ਆਪਣਾ ਵੀ ਮੂੰਹ ਵੇਖ ਖਾਨਾ ਖਰਾਬਾ, ਸੁੱਤੇ ਖੋਤੇ ਵਰਗਾ ਮੂੰਹ ਛੱਡ ਦੇ, ਸੁੱਤੇ ਨੂੰ ਨਹੀਂ ਵੇਖੀ ਜਾਂਦਾ, ਛੱਡ ਦੇ। ਉੱਤੋਂ ਦੋਵਾਂ ਨੇ ਪੈਂਟਾਂ ਸ਼ਰਟਾਂ ਪਾਈਆਂ, ਵੀ ਬੰਦਾ ਪੁੱਛੇ ਪੈਂਟਾਂ ਸ਼ਰਟਾਂ ਉਹ ਲੋਕ ਪਾਉਂਦੇ ਜਿਨ੍ਹਾਂ ਦੇ ਚਾਚੇ ਤਾਏ ਬਾਹਰ ਗਏ ਹੋਣ, ਉਹ ਤੁਹਾਡੇ ਤਾਂ ਸਾਰੇ ਜੇਲ੍ਹ 'ਚ ਆਏ। ਅਸ਼ਰਫ ਪੀਪੇ ਦਾ ਨਵਾਂ ਟੀਵੀ ਲਿਆ ਕੇ ਬਾਹਰ ਰੱਖ ਕੇ ਆਪ ਅੰਦਰ ਚਲਾ ਗਿਆ। ਉਹ ਮੈਂ ਕਿਹਾ ਬਾਹਰ ਰੱਖ ਕੇ ਕੋਈ ਚੁੱਕ ਕੇ ਲੈ ਜਾਏਗਾ, ਕਹਿੰਦਾ ਲੈ ਜਾ ਰਿਮੋਟ ਤੇ ਮੇਰੇ ਕੋਲ ਹੀ ਆ। ਸਾਰਾ ਦਿਨ ਧਮਾਲ ਪਾਉਂਦਾ ਰਹੇ, ਉਹ ਸ਼ਾਮ ਨੂੰ ਬੰਦਾ ਕਹਿੰਦਾ ਪਾਏ ਨੇ ਦੇਗ, ਅਸੀਂ ਪਾਗ ਪਤਲ ਲੈ ਕੇ ਜਾਣੀ। ਕਾਲੀ ਜੀ ਸੀ, ਦੰਦ ਟੁੱਟੇ ਸਨ, ਇਹ ਕਹਿੰਦਾ ਮੇਰੀ ਭੈਣ ਵੀ ਗੁਆਚੀ, ਕਹਿੰਦਾ ਉਹ ਕਿਹਾ ਜੀ, ਕਹਿੰਦਾ ਸਣਾ ਵਰਗੀ ਕੱਦ ਐਡੀ ਮੋਟੀ ਅੱਖ ਚਿੱਟੀ ਗੋਰੀ, ਉਹ ਕਹਿੰਦਾ ਮੇਰੀ ਭੈਣ ਛੱਡ ਚਲੋ ਇਹਦੀ ਲੱਭੀਏ ਚੱਲ ਕੇ, ਮੇਰਾ ਪੁੱਤਰ ਤੁਸੀਂ ਇਸ ਤਰ੍ਹਾਂ ਕਰੋ, ਸਾਨੂੰ ਆਪਣੀ ਆਵਾਜ਼ ਟੈਸਟ ਦਿਓ, ਗਾਣਾ ਸੁਣਾਓ, ਸਾਡੀ ਕੈਸਟ ਕਰਾਵਾਂਗੇ ਤੁਸੀਂ। ਸਾਡੀ ਆਵਾਜ਼ ਤੋਂ ਤੁਸੀਂ ਇੰਨਾ ਮੁਤਾਸਰ ਹੋਣਾ, ਔਰ ਤੁਸੀਂ ਆਪਣੀਆਂ ਬੱਚੀਆਂ ਵੀ ਸਾਨੂੰ ਦੇ ਦੇਣੀਆਂ।
ਤੁਹਾਨੂੰ ਵੈਗਨ ਤੇ ਚੜਾ ਆਵਾਂ। ਚੁੱਕੋ ਇਹਨਾਂ ਦਾ ਪੀਪਾ, ਰੱਖ ਬਾਥਰੂਮ ਤੂੰ ਚੁੱਕ ਭਾਈ। ਇਹ ਭਾਈ ਜੀ ਸਹੀ ਹੈ, ਸਾਡੀਆਂ ਕੇਸਤਾਂ ਕਰਾਓ। ਹਾਂ, ਅੱਲਾਹ ਦੇ ਹੁਕਮ ਨਾਲ ਗਾਣਾ ਸ਼ੁਰੂ ਹੋਣ ਲੱਗਾ ਨਾ। ਸਾਡੀਆਂ ਕੇਸਤਾਂ ਤੇ ਸਾਡੇ ਫੈਨ ਸਾਡੇ ਕੋਲ ਖੋ ਕੇ ਦੌੜ ਜਾਂਦੇ ਨੇ, ਕਹਿੰਦੇ ਉੱਤੇ ਕੁਝ ਹੋਰ ਭਰਾਵਾਂਗੇ। ਨਹੀਂ ਭਾਈ ਮਸ਼ਹੂਰ ਆ ਕੇ ਗੱਲ ਕਰ ਰਿਹਾ। ਆਹ ਲਓ ਸੁਣੋ ਫਿਰ। ਘਰ ਤੋਂ ਤੁਹਾਨੂੰ ਇਸ ਤੋਂ ਇਲਾਵਾ ਕੁਛ ਨਹੀਂ ਆਉਂਦਾ? ਆ ਗਿਆ ਸਿਰਫ ਪੀਪੇ। ਤੂੰ ਸੁਣਾ, ਚੋਰੀਆਂ ਦਾ ਮਾਲ ਵੇਚਣ ਵਾਲਿਆ ਤੂੰ ਸੁਣਾ? ਸ਼ੁਕਰ ਅੱਲਾਹ ਦਾ।